ਦੇਖੋ ਜਗ ਦੇ ਰੌਣਕ ਮੇਲੇ ਕਾਲ ਓਮ ਸ਼ਾਂਤੀ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵਿਹੜੇ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਦਿਲਚਸਪ ਵਿਸ਼ੇ ਦੇ ਉੱਪਰ ਜੋ ਕਿ ਹੈ ਮਨੋਰੰਜਨ ਹਰ ਇਨਸਾਨ ਚਾਹੁੰਦਾ ਹੈ ਸਾਡੀ ਲਾਈਫ 'ਚ ਵਰਕ ਪਲੇਸ 'ਚ ਭਾਵੇਂ ਉਹ ਘਰ ਹੋਵੇ ਬਾਹਰ ਹੋਵੇ ਇੰਟਰਟੇਨਮੈਂਟ ਹੋਣਾ ਚਾਹੀਦਾ ਹੈ ਔਰ ਇਸ ਇੰਟਰਟੇਨਮੈਂਟ ਦੇ ਬਹਾਨੇ ਬਹੁਤ ਸਾਰੀ ਚੀਜ਼ਾਂ ਇਹੋ ਜਿਹੀਆਂ ਕਰਦਾ ਹੈ ਜਿਹਦੇ ਨਾਲ ਉਹਨੂੰ ਖੁਸ਼ੀ ਮਿਲੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਲਾਈਫ 'ਚ ਇੰਟਰਟੇਨਮੈਂਟ ਦਾ ਰੋਲ ਕੀ ਹੈ ਔਰ ਅਸਲੀ ਮਨੋਰੰਜਨ ਕੀ ਹੈ ਸਾਡੇ ਨਾਲ ਨੇ ਬ੍ਰਹਮਾ ਕੁਮਾਰੀ ਅਨੀਤਾ ਦੀਦੀ ਜੀ ਦੀਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ 'ਚ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਆਪਾਂ ਮਨੋਰੰਜਨ ਦੀ ਗੱਲ ਕੀਤੀ ਅਤੇ ਮਨੋਰੰਜਨ ਸ਼ਬਦ ਜਿਵੇਂ ਹੀ ਆਉਂਦਾ ਹੈ ਬਹੁਤ ਸਾਰੀ ਚੀਜ਼ਾਂ ਜੁੜ ਜਾਂਦੀਆਂ ਔਰ ਦਿਮਾਗ 'ਚ ਆ ਜਾਂਦੀਆਂ ਔਰ ਉਹ ਮਸਤੀ ਭਰਾ ਜੋ ਮਾਹੌਲ ਹੈ ਉਹ ਆ ਜਾਂਦਾ ਹੈ ਕਿ ਹਾਂ ਹੁਣ ਥੋੜ੍ਹੀ ਫਨ ਨਾਲ ਲਾਈਫ ਵੱਧ ਜਾਏਗੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਮਨੋਰੰਜਨ ਸਾਡੀ ਲਾਈਫ 'ਚ ਇੰਨਾ ਜ਼ਰੂਰੀ ਕਿਉਂ ਹੋ ਗਿਆ ਅੱਜ ਕੱਲ੍ਹ ਦੇਖੋ ਮਨੋਰੰਜਨ ਬਹੁਤ ਚੰਗੀ ਚੀਜ਼ ਹੈ ਮਨੋਰੰਜਨ ਮਨ ਦਾ ਰੰਜਨ ਰੰਜਨ ਦਾ ਮਤਲਬ ਹੁੰਦਾ ਸਜਾਵਟ ਸ਼ਿੰਗਾਰ ਹਾਂਜੀ ਬਹੁਤ ਸੋਹਣੀ ਚੀਜ਼ ਹੈ ਮਨ ਸਜਿਆ ਹੋਣਾ ਚਾਹੀਦਾ ਖੁਸ਼ ਹੋਣਾ ਚਾਹੀਦਾ ਉਮੰਗਾਂ ਨਾਲ ਭਰਿਆ ਹੋਣਾ ਚਾਹੀਦਾ ਅਤੇ ਹਮੇਸ਼ਾ ਖੁਸ਼ੀਆਂ ਨਾਲ ਨੱਚਦੇ ਰਹੀਏ ਖਿੜਦੇ ਰਹੀਏ ਅੱਗੇ ਵੱਧਦੇ ਰਹੀਏ ਇਹ ਬਹੁਤ ਸੋਹਣੀ ਗੱਲ ਹੈ ਪਰ ਮਨੋਰੰਜਨ ਨੂੰ ਠੀਕ ਸਮਝਣ ਦੀ ਲੋੜ ਹੈ ਜੇ ਅਸੀਂ ਠੀਕ ਤਰੀਕੇ ਨਾਲ ਆਪਣਾ ਮਨੋਰੰਜਨ ਕਰਦੇ ਹਾਂ ਤੇ ਉਹਦੀ ਨਿਸ਼ਾਨੀ ਇਹ ਹੋਏਗੀ ਕਿ ਸਾਡੀ ਕੰਮ ਕਰਨ ਦੀ ਤਾਕਤ ਵੱਧ ਜਾਏਗੀ ਸਾਡਾ ਰਿਸ਼ਤਿਆਂ 'ਚ ਪਿਆਰ ਵੱਧ ਜਾਏਗਾ ਸਾਡੀ ਕੰਸੈਂਟ੍ਰੇਸ਼ਨ ਵੱਧ ਜਾਏਗੀ ਸਾਡੀ ਕ੍ਰੀਏਟੀਵਿਟੀ ਵੱਧ ਜਾਏਗੀ ਜੇ ਰਾਈਟ ਡਾਇਰੈਕਸ਼ਨ 'ਚ ਆਪਾਂ ਮਨ ਨੂੰ ਸਜਾਇਆ ਹੈ ਮਨ ਦੀ ਤਾਕਤ ਵਧਾਈਏ ਜੇ ਉਹ ਤਰੀਕਾ ਕਿਤੇ ਪੁੱਠੇ ਪਾਸੇ ਪੈ ਗਿਆ ਮਨੋਰੰਜਨ ਦੇ ਨਾਂ ਤੇ ਥੋੜੀ ਦੇਰ ਦੀ ਖੁਸ਼ੀ ਹੱਸੇ ਖੇਡੇ ਤੇ ਉਹਦੇ ਬਾਅਦ ਕਿਸੇ ਦਾ ਦਿਲ ਦੁੱਖ ਗਿਆ ਜਾਂ ਫਿਰ ਕੋਈ ਹੋਰ ਸਾਡੀ ਤਾਕਤ ਘੱਟ ਗਈ ਜਾਂ ਪੈਸੇ ਦਾ ਨੁਕਸਾਨ ਹੋ ਗਿਆ ਲੈਣ ਦੇ ਦੇਣੇ ਪੈ ਗਏ ਉਹੋ ਜਿਹਾ ਮਨੋਰੰਜਨ ਨੂੰ ਆਪਾਂ ਮਨੋਰੰਜਨ ਨਹੀਂ ਮੰਨਦੇ ਬਿਲਕੁਲ ਉਹਨੂੰ ਆਪਾਂ ਇਹ ਕਵਾਂਗੇ ਕਿ ਮਨੋਰੰਜਨ ਦੇ ਬਜਾਏ ਕਦੇ ਕਦੇ ਅੱਜ ਦਾ ਮਨੁੱਖ ਮਨੋ ਭੰਜਨ ਕਰਨ ਲੱਗ ਜਾਂਦਾ ਯਾਨੀ ਮਨ ਨੂੰ ਤੋੜਨ ਲੱਗ ਜਾਂਦਾ ਕਦੇ ਆਪਣੇ ਮਨ ਨੂੰ ਤੋੜ ਬੈਠਦਾ ਕਦੇ ਦੂਜਿਆਂ ਦੇ ਮਨ ਨੂੰ ਤੋੜ ਬੈਠਦਾ ਤੇ ਅਸਲ ਮਨੋਰੰਜਨ ਇਹੀ ਹੈ ਜਿਹਦੇ ਨਾਲ ਸਾਡੇ ਮਨ ਦੀ ਖੁਸ਼ੀ ਵਧੇ ਤੇ ਦੂਜੇ ਦੇ ਵੀ ਮਨ ਦੀ ਖੁਸ਼ੀ ਵਧੇ ਜ਼ਿੰਦਗੀ 'ਚ ਖੁਸ਼ੀਆਂ ਵੱਧਦੀਆਂ ਜਾਣ ਤੇ ਉਹ ਬਹੁਤ ਸੋਹਣੀ ਗੱਲ ਹੈ ਮਤਲਬ ਸ਼ੁਰੂਆਤ ਤਾਂ ਅਸੀਂ ਇਹੀ ਸੋਚ ਕੇ ਕਰਨੇ ਹਾਂ ਕਿ ਖੁਸ਼ੀ ਮਿਲੇਗੀ ਲੇਕਿਨ ਬਹੁਤ ਸਾਰੀ ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਜੁੜਦੀਆਂ ਜਾ ਰਹੀਆਂ ਨੇ ਐਂਟਰਟੇਨਮੈਂਟ ਦੇ ਨਾਂ 'ਤੇ ਜਿਹਦੇ ਨਾਲ ਖੁਸ਼ੀ ਨਹੀਂ ਮਿਲਦੀ ਬਲਕਿ ਹੋਰ ਇਨਸਾਨ ਦੁਖੀ ਹੋ ਜਾਂਦਾ ਅਤੇ ਇਹ ਵੀ ਮੈਂ ਪੁੱਛਣਾ ਚਾਹਾਂਗੀ ਕਿ ਇਹ ਕਿੱਥੋਂ ਤੱਕ ਸਹੀ ਹੈ ਕਿ ਜੋ ਅੱਜ ਕੱਲ੍ਹ ਅਸੀਂ ਐਂਟਰਟੇਨਮੈਂਟ ਲਈ ਅਲੱਗ ਅਲੱਗ ਚੀਜ਼ਾਂ ਜੋ ਬਣਾ ਲਈਆਂ ਨੇ ਜਿੱਦਾਂ ਕਿ ਬਹੁਤ ਸਾਰੇ ਲੋਕ ਅੱਜ ਕੱਲ੍ਹ ਕਲੱਬਸ ਜਾਣਾ ਸ਼ੁਰੂ ਕਰਦਾ ਹੈ ਹੋਰ ਜੂਆ ਖੇਲਣਾ ਔਰ ਨਸ਼ਾ ਕਰਨਾ ਇਹ ਸਭ ਵੀ ਐਂਟਰਟੇਨਮੈਂਟ ਦੇ ਨਾਂ 'ਤੇ ਹੀ ਲੋਕ ਕਰਦੇ ਹੈ ਇਹ ਕਿੱਥੋਂ ਤੱਕ ਸਹੀ ਹੈ ਐਂਟਰਟੇਨਮੈਂਟ ਦੀ ਆਰਟ 'ਚ ਦੇਖੋ ਕਲੱਬ ਜਾਣਾ ਤਾਂ ਬੁਰਾ ਨਹੀਂ ਪਰ ਉੱਥੇ ਜਾ ਕੇ ਅਸੀਂ ਕਰਦੇ ਕੀ ਹਾਂ ਇਹ ਬਹੁਤ ਇੰਪੋਰਟੈਂਟ ਗੱਲ ਹੈ ਕੋਈ ਕਲੱਬ ਜਾ ਕੇ ਜੇ ਕੋਈ ਸੋਸ਼ਲ ਕੰਮ ਕਰਦੇ ਹੈ ਤਾਂ ਚੰਗੀ ਗੱਲ ਹੈ ਜੇ ਉੱਥੇ ਸਿਰਫ ਇਸੇ ਵਾਸਤੇ ਜਾਂਦੇ ਹੈ ਕਿ ਆਪਾਂ ਪੱਤੇ ਖੇਡਣੇ ਹੈ ਜਾਂ ਆਪਾਂ ਡਰਿੰਕ ਕਰਨਾ ਅਤੇ ਨਸ਼ਾ ਜਿਹੜਾ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜਾ ਸਾਡੇ ਸੋਚਣ ਦੀ ਸ਼ਕਤੀ ਨੂੰ ਕਰਪਟ ਕਰ ਦਿੰਦਾ ਬਿਲਕੁਲ ਸਾਡਾ ਥੋਟ ਸਿਸਟਮ ਬਹੁਤ ਫਾਸਟ ਹੋ ਜਾਂਦਾ ਜਾਂ ਫਿਰ ਜਦੋਂ ਨਸ਼ਾ ਚੜ੍ਹਦਾ ਸਾਡੇ ਦਿਮਾਗ 'ਚ ਅਤੇ ਉਦੋਂ ਆਪਾਂ ਅੰਦਰ ਦੀ ਅਨਫੁਲਫਿਲਡ ਡਿਜ਼ਾਇਰਸ ਬਾਹਰ ਲੈ ਕੇ ਆ ਜਾਂਦੇ ਹਾਂ ਸਮਝੋ ਅੱਗੇ ਪਿੱਛੇ ਕੋਈ ਸ਼ਰਮ ਕਰਦਾ ਕਿਸੇ ਗੱਲ ਨੂੰ ਕਰਨ 'ਚ ਜਾਂ ਕੋਈ ਐਟੀਕੇਟਸ ਨਾਲ ਵਿਵਹਾਰ ਕਰਦਾ ਕੋਈ ਇਨਸਾਨ ਉਹਨੂੰ ਪਸੰਦ ਨਹੀਂ ਹੈਗਾ ਅਤੇ ਉਹਦੇ ਨਾਲ ਤਾਂ ਵੀ ਸੰਭਲ ਕੇ ਗੱਲ ਕਰਦਾ ਅਤੇ ਜੇ ਇੱਥੇ ਨਸ਼ਾ ਚੜ੍ਹ ਗਿਆ ਤਾਂ ਉਹ ਬ੍ਰੇਕਾਂ ਫੇਲ ਹੋ ਜਾਂਦੀਆਂ ਸਭ ਭੁੱਲ ਜਾਂਦਾ ਸਭ ਭੁੱਲ ਜਾਂਦਾ ਅਤੇ ਅੰਦਰ ਦੀ ਜਿਹੜੀ ਰੰਜਿਸ਼ ਹੈ ਉਹ ਬਾਹਰ ਆ ਜਾਂਦੀ ਹੈ ਉਹਦੇ ਨਾਲ ਆਪਾਂ ਗੁੱਸੇ ਨਾਲ ਵਿਵਹਾਰ ਕਰਨਾ ਸ਼ੁਰੂ ਕਰ ਦਿਆਂਗੇ ਜਾਂ ਫਿਰ ਜਦੋਂ ਅੰਦਰ ਦੇ ਕੰਟਰੋਲ ਹਟਦੇ ਹੈ ਤਾਂ ਸਮਝੋ ਆਪਣਾ ਬੇਟੀਆਂ ਧੀਆਂ ਭੈਣਾਂ ਨਾਲ ਆਪਾਂ ਜ਼ਰਾ ਸੰਭਲ ਕੇ ਵਿਵਹਾਰ ਕਰਦੇ ਸੀ ਕੋਈ
ਤੇ ਉਹ ਵੀ ਬ੍ਰੇਕਾਂ ਟੁੱਟ ਕੇ ਆਪਾਂ ਕੋਈ ਵਲਗਰ ਬਿਹੇਵੀਅਰ ਵੀ ਕਰਨ ਲੱਗ ਜਾਵਾਂਗੇ। ਤੇ ਇਸੇ ਕਰਕੇ ਆਪਾਂ ਨਸ਼ੇ ਨੂੰ ਜਾਂ ਪੱਤੇ ਖੇਡਣ ਨੂੰ ਮਨੋਰੰਜਨ ਨਹੀਂ ਮੰਨਦੇ। ਜ਼ਰੂਰੀ ਗੱਲ ਹੈ, ਅੱਜ ਕੱਲ੍ਹ ਮਨੁੱਖਾਂ ਨੂੰ ਇਹ ਲੱਗਦਾ ਹੈ ਕਿ ਥੋੜ੍ਹੀ ਦੇਰ ਨਸ਼ਾ ਚੜ੍ਹਦਾ ਅਤੇ ਗਮ ਭੁੱਲ ਜਾਂਦਾ, ਸਰੂਰ ਜੇ ਆ ਜਾਂਦਾ ਆਪਾਂ ਨੱਚਣ ਲੱਗ ਜਾਂਦੇ ਹਾਂ। ਬਿਲਕੁਲ, ਅਤੇ ਸਿਰਫ ਸਰੂਰ ਅਤੇ ਨੱਚਣਾ ਅਤੇ ਗਮ ਭੁਲਾਉਣਾ ਓਨੇ ਕੁ ਨੂੰ ਮਨੋਰੰਜਨ ਨਹੀਂ ਕਹੀਦਾ। ਮਨੋਰੰਜਨ ਦਾ ਅਸਲੀ ਮਤਲਬ ਹੈ ਕਿ ਮਨ ਹੋਰ ਜਾਗਰੂਕ ਹੋ ਜਾਵੇ, ਨਾ ਕਿ ਡਲ ਹੋ ਜਾਵੇ। ਬਿਲਕੁਲ, ਮਨ ਨੂੰ ਡਲ ਕਰਨਾ ਕੋਈ ਮਨੋਰੰਜਨ ਨਹੀਂ ਹੈ ਕਿ ਜਿਹੜੀਆਂ ਗੱਲਾਂ ਤੁਹਾਨੂੰ ਦੁੱਖ ਦਿੰਦੀਆਂ ਸੀ ਉਹ ਤੁਸੀਂ ਭੁੱਲ ਗਏ। ਭੁੱਲਣ ਦੇ ਬਜਾਏ ਤੁਸੀਂ ਉਹਨੂੰ ਪਿਓਰੀਫਾਈ ਕਰੋ ਕਿ ਉਹ ਗੱਲਾਂ ਆਪਣੇ ਅੰਦਰੋਂ ਨਿਕਲ ਜਾਣ। ਮਤਲਬ ਆਪਾਂ ਆਪਣੇ ਨੈਗੇਟਿਵ ਥੋਟਸ ਨੂੰ ਪੋਜ਼ਿਟਿਵ ਕਰ ਸਕੀਏ। ਜੇ ਤੁਹਾਡੇ ਨਾਲ ਮੈਨੂੰ ਕੋਈ ਰੰਜਿਸ਼ ਸੀਗੀ, ਕੋਈ ਬਦਲਾ ਲੈਣ ਦਾ ਭਾਵ ਤੁਹਾਡੇ ਵਾਸਤੇ ਆਇਆ ਸੀ, ਅੰਦਰ ਗੁੱਸਾ ਭਰਿਆ ਹੋਇਆ ਸੀ, ਤੇ ਮੇਰਾ ਅਸਲੀ ਮਨੋਰੰਜਨ ਇਹ ਹੈ ਕਿ ਮੈਂ ਤੁਹਾਨੂੰ ਮਾਫ ਕਰ ਦਿਆਂ, ਮੈਂ ਤੁਹਾਡੇ ਨਾਲ ਕੋਈ ਚੁਟਕਲੇ ਕਹਾਣੀਆਂ ਕਰਾਂ, ਮਿਲ ਕੇ ਅਸੀਂ ਖਾਈਏ ਪੀਏ, ਚੰਗੀਆਂ ਚੀਜ਼ਾਂ ਹੋਰ ਕੋਈ ਘੱਟ ਨਹੀਂ ਹੈਗੀਆਂ, ਮਿਲ ਕੇ ਆਪਾਂ ਪਿਕਨਿਕ ਕਰਨ ਜਾ ਸਕਦੇ ਹਾਂ, ਝੀਲ ਦੇ ਕਿਨਾਰੇ ਜਾ ਸਕਦੇ ਹਾਂ, ਨਦੀ ਦੇ ਕਿਨਾਰੇ ਜਾ ਸਕਦੇ ਹਾਂ, ਭਾਵੇਂ ਸ਼ਿਮਲਾ ਮਨਸੂਰੀ ਚਲੇ ਜਾਓ। ਉਹ ਗੱਲਾਂ ਬੁਰੀਆਂ ਨਹੀਂ ਹੈਗੀਆਂ, ਪਰ ਆਪਸ 'ਚ ਹੱਸੀਏ ਖੇਡੀਏ, ਆਪਣੇ ਪੈਸੇ ਦੀ ਬਰਬਾਦੀ ਨਾ ਕਰੀਏ, ਆਪਣੇ ਟਾਈਮ ਦੀ ਬਰਬਾਦੀ ਨਾ ਕਰੀਏ, ਨਾ ਹੀ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਕੁਛ ਦਿਲ ਦੁਖਾਉਣ ਦੇ ਕੰਮ ਕਰੀਏ। ਸਮਝੋ ਅੱਜ ਇੱਕ ਨੇ ਪੀ ਲਿਆ, ਪੀ ਕੇ ਦੂਜੇ ਨਾਲ ਗਲਤ ਸਲੂਕ ਕੀਤਾ, ਉਹਦਾ ਦਿਲ ਟੁੱਟ ਗਿਆ। ਹਾਂਜੀ, ਫਿਰ ਇੱਕ ਦਾ ਤੇ ਮਨੋਰੰਜਨ ਹੋ ਗਿਆ, ਦੂਜੇ ਦਾ ਭੰਜਨ ਹੋ ਗਿਆ। ਬਿਲਕੁਲ, ਮਨੋਰੰਜਨ ਤਾਂ ਸਾਰਿਆਂ ਲਈ ਹੋਣਾ ਚਾਹੀਦਾ। ਹਾਂ, ਮਿਲ ਜੁਲ ਕੇ ਹੋਣਾ ਚਾਹੀਦਾ ਨਾ। ਬਿਲਕੁਲ, ਇਹਦੇ ਨਾਲ ਜਿੱਦਾਂ ਤੁਸੀਂ ਘੁੰਮਣ ਦੀ ਗੱਲ ਕੀਤੀ, ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ ਥੋੜ੍ਹਾ ਜੋ ਵਰਕ ਪਲੇਸ ਤੋਂ ਅਸੀਂ ਜਾ ਕੇ ਥੋੜ੍ਹਾ ਚੇਂਜ ਚਾਹੀਦਾ ਲਾਈਫ 'ਚ, ਬੋਰ ਹੋ ਗਏ ਹਾਂ ਜਾਂ ਟੈਨਸ਼ਨਸ ਬਹੁਤ ਹੋ ਗਈਆਂ, ਸਟ੍ਰੈਸ ਵੱਧ ਗਿਆ ਹੈ, ਔਰ ਇਸ ਬਹਾਨੇ ਘੁੰਮਣ ਜਾਂਦੇ ਕਿ ਥੋੜ੍ਹਾ ਜਿਹਾ ਰਿਫਰੈਸ਼ਮੈਂਟ ਮਿਲ ਜਾਏਗਾ ਉਹਨੂੰ ਐਂਟਰਟੇਨਮੈਂਟ ਲੈ ਕੇ। ਇਹ ਇਹਦੇ ਨਾਲ ਕਿ ਅਸਲੀ 'ਚ ਸਾਨੂੰ ਰਿਫਰੈਸ਼ਮੈਂਟ ਮਿਲ ਰਿਹਾ ਹੈ ਜੋ ਅਸੀਂ ਸਾਲ 'ਚ ਇੱਕ ਵਾਰੀ ਦੋ ਵਾਰੀ ਬਾਹਰ ਘੁੰਮਣ ਜਾਂਦੇ ਹਾਂ, ਜਾਂ ਇਹ ਵੀ ਸਿਰਫ ਇੱਕ ਦਿਮਾਗ ਦਾ ਭਰਮ ਹੀ ਹੈ? ਦੇਖੋ, ਜ਼ਿਆਦਾਤਰ ਤਾਂ ਭਰਮ ਹੀ ਹੈ, ਬਟ ਇਟ ਡਿਪੈਂਡਸ ਕਿ ਅਸੀਂ ਕੀ ਥੋਟ ਸਿਸਟਮ ਲੈ ਕੇ ਜਾਂਦੇ ਹਾਂ। ਐਂਟਰਟੇਨਮੈਂਟ ਅਸਲ 'ਚ ਜਿਹੜਾ ਹੁੰਦਾ ਹੈ ਉਹ ਅੰਦਰੋਂ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਅੱਖਾਂ ਨਾਲ ਕੋਈ ਸੋਹਣੀ ਸੀਨਰੀ ਵੇਖੀ, ਜੇ ਸਾਨੂੰ ਕੋਈ ਠੰਡਕ ਜੀ ਮਹਿਸੂਸ ਹੋਈ, ਬਰਫ਼ ਪੈ ਰਹੀ ਸੀ ਅਤੇ ਚਿਲ ਹੋ ਗਿਆ, ਅਤੇ ਉਹ ਚਿਲ ਦੀ ਫੀਲਿੰਗ ਸਾਨੂੰ ਬਹੁਤ ਚੰਗੀ ਲੱਗਦੀ ਹੈ, ਜਾਂ ਹੋਰ ਕੋਈ ਸੋਹਣੇ ਸੋਹਣੇ ਨਜ਼ਾਰੇ ਹੈ, ਜਾਂ ਆਪਾਂ ਕੋਈ ਖਰੀਦਦਾਰੀ ਕਰਕੇ ਆਉਂਦੇ ਹਾਂ, ਜਾਂ ਹੋਟਲਾਂ 'ਚ ਰਹਿੰਦੇ ਹਾਂ, ਉੱਦਾਂ ਦਾ ਖਾਂਦੇ ਪੀਂਦੇ ਹਾਂ, ਕੁੱਲ ਮਿਲਾ ਕੇ ਸਾਰੇ ਨੂੰ ਕਿਹਾ ਜਾਂਦਾ ਸੈਂਸੁਅਸ ਪਲੇਅਰ। ਆਪਾਂ ਇਸ ਦੇਹ ਦੇ ਜ਼ਰੀਏ ਅੰਦਰ ਖੁਸ਼ੀ ਅਤੇ ਮੌਜ ਲੈ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਕੋਈ ਬੰਦਾ ਵੱਡਾ ਬਿਜ਼ਨਸਮੈਨ ਹੈ, ਚਲਾ ਗਿਆ ਸ਼ਿਮਲਾ ਮਨਸੂਰੀ, ਉੱਥੇ ਜਾ ਕੇ ਵੀ ਉਹਦੀ ਅੰਦਰ ਦੀ ਅੱਖ ਇਹ ਵੇਖਦੀ ਰਹੀ ਕਿ ਮੇਰੇ ਪਾਰਟਨਰ ਨੇ ਕਿਤੇ ਨੁਕਸਾਨ ਨਾ ਕਰ ਦਿੱਤਾ ਹੋਵੇ, ਜ਼ਿਆਦਾਤਰ ਇਹ ਵੀ ਹੁੰਦਾ, ਮੇਰੇ ਬੱਚਿਆਂ ਨੇ ਕਿਤੇ ਹੋਰ ਕੋਈ ਪੜੋਸ ਨਾਲ ਲੜਾਈ ਝਗੜਾ ਨਾ ਕਰ ਦਿੱਤਾ ਹੋਵੇ, ਤੇ ਉੱਥੇ ਬੈਠ ਕੇ ਉਹ ਸੀਨਰੀ ਇੰਜੋਏ ਨਹੀਂ ਕਰ ਰਿਹਾ, ਆਪਣੀ ਪੁਰਾਣੀ ਟੈਨਸ਼ਨਸ ਯਾਦ ਕਰ ਰਿਹਾ, ਤੇ ਉਹਦੀ ਅੰਦਰ ਦੀ ਅੱਖ ਆਪਣਾ ਮਨੋਰੰਜਨ ਨਹੀਂ ਕਰ ਰਹੀ। ਤੇ ਦੋ ਅੱਖਾਂ ਜਿੰਨਾ ਵੇਖਦੀਆਂ ਉਸ ਤੋਂ ਜ਼ਿਆਦਾ ਆਪਣੀ ਤੀਸਰੀ ਅੱਖ ਵੇਖਦੀ ਹੈ। ਜੇ ਉੱਥੇ ਬੈਠਾ ਮਨਸੂਰੀ ਤੇ ਬੈਠਾ ਬਿਜ਼ਨਸਮੈਨ ਉੱਥੇ ਬੈਠ ਕੇ ਉੱਥੇ ਦੀ ਬਿਊਟੀ ਇੰਜੋਏ ਨਹੀਂ ਕਰ ਰਿਹਾ, ਉਹ ਇਹ ਦੇਖ ਰਿਹਾ ਕਿੰਨੇ ਟੂਰਿਸਟ ਆਉਣਗੇ, ਉਹਨਾਂ ਨੂੰ ਕਿੱਦਾਂ ਬੁੱਧੂ ਬਣਾਉਣਾ ਹੈ, ਕਿੱਦਾਂ ਉਹਨਾਂ ਤੋਂ ਪੈਸਾ ਜ਼ਿਆਦਾ ਲੈਣਾ, ਅਤੇ ਉਹ ਦਿਨ ਰਾਤ ਆਪਣਾ ਪੈਸਾ ਕਮਾਉਣ 'ਚ ਲੱਗਿਆ ਹੋਇਆ, ਅਤੇ ਉਹਦਾ ਮਨੋਰੰਜਨ ਹੋਣ ਦੇ ਬਜਾਏ ਉਹਦੇ ਮਨ ਦੇ ਅੰਦਰ ਟੈਨਸ਼ਨ ਵੱਧਦੀ ਜਾ ਰਹੀ ਹੈ। ਤੇ ਅਸਲ 'ਚ ਦੇਖੋ, ਜੇ ਆਪਾਂ ਜਾਂਦੇ ਹਾਂ ਕਿਤੇ ਪਹਾੜੀ 'ਚ ਜਾਂਦੇ ਹਾਂ, ਕਿਤੇ ਹੋਰ ਸਮੁੰਦਰ ਦੇ ਕਿਨਾਰੇ ਚਲੇ ਜਾਂਦੇ ਹਾਂ, ਤੇ ਉੱਥੇ ਆਪਣੇ ਆਪ ਨੂੰ ਪੂਰਾ ਜ਼ੀਰੋ ਕਰਕੇ ਜਾਣਾ ਚਾਹੀਦਾ ਹੈ। ਜਾਣਾ ਬੁਰਾ ਨਹੀਂ ਹੈਗਾ, ਜੇ ਆਪਾਂ ਅੰਦਰ ਬਾਹਰ ਦੀ ਅੱਖ ਨਾਲ ਕੁਝ ਨਜ਼ਾਰੇ ਦੇਖ ਰਹੇ ਹਾਂ, ਤੇ ਅੰਦਰ ਦੀ ਅੱਖ ਨਾਲ ਉਸ ਬਿਊਟੀ ਵਾਸਤੇ ਨੇਚਰ ਦਾ ਥੈਂਕਸ ਕਰੋ, ਰੱਬ ਦਾ ਥੈਂਕਸ ਕਰੋ, ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਸਾਡੇ ਨਾਲ ਗਏ ਨੇ ਉਹਨਾਂ ਸਾਰਿਆਂ ਦੀ ਕੇਅਰ ਕਰੋ, ਕੋਆਪਰੇਟ ਕਰੋ, ਮਿਲ ਕੇ ਹੱਸ ਖੇਡ ਕੇ ਖਾਓ ਪੀਓ, ਪਰ ਉੱਥੇ ਵੀ ਜਾ ਕੇ ਬੁਰਾਈਆਂ ਤੋਂ ਬਚਣਾ ਚਾਹੀਦਾ। ਏਦਾਂ ਨਾ ਹੋਵੇ ਕਿ ਆਪਾਂ ਇੰਨਾ ਪੈਸਾ ਉਡਾ ਕੇ ਆ ਜਾਈਏ, ਜੇ ਫਿਰ ਘਰ ਆ ਕੇ ਇਹ ਲੱਗੇ ਕਿ ਸਾਡੀਆਂ ਜ਼ਰੂਰਤਾਂ ਵਾਸਤੇ ਵੀ ਪੈਸਾ ਨਹੀਂ ਬਚਿਆ। ਇੱਕ ਐਂਟਰਟੇਨਮੈਂਟ ਦਾ ਇੱਕ ਪਾਰਟ ਸ਼ੋਪਿੰਗ ਵੀ ਬਹੁਤ ਵੱਡਾ ਮੰਨਿਆ ਜਾਂਦਾ ਹੈ। ਕਹਿੰਦੇ ਨੇ ਜਿਹਨੂੰ ਸਟ੍ਰੈਸ ਹੈ ਜਾਂ ਕੁਛ, ਜੇ ਬਾਹਰ ਘੁੰਮਣ ਵੀ ਜਾ ਰਹੇ ਹੈ ਤਾਂ ਸ਼ੋਪਿੰਗ ਕਰ ਲੈਣੀ ਚਾਹੀਦੀ, ਉਹਦੇ ਨਾਲ ਥੋੜ੍ਹਾ ਦਿਮਾਗ ਜੋ ਹੈ ਉਹ ਡਾਈਵਰਟ ਹੋ ਜਾਂਦਾ ਹੈ। ਸਿਰਫ ਡਾਈਵਰਟ ਹੋਇਆ,
ਪਰ ਬਾਅਦ ਚ ਪਛਤਾਨਾ ਪੈ ਗਿਆ ਤੇ ਕੀ ਫਾਇਦਾ ਹੋਇਆ ਉਹਦਾ। ਸ਼ੋਪਿੰਗ ਵੀ ਬ੍ਰੇਕਾਂ ਫੇਲ ਕਰਕੇ ਨਹੀਂ ਕਰਨੀ ਚਾਹੀਦੀ ਕਿ ਕੋਈ ਚੀਜ਼ ਚੰਗੀ ਹੈ ਇਸ ਕਰਕੇ ਲੈ ਲਈ, ਸੋਹਣੀ ਦਿਖਦੀ ਹੈ ਇਸ ਕਰਕੇ ਲੈ ਲਈ, ਨਹੀਂ ਕੋਈ ਚੀਜ਼ ਦੀ ਮੈਨੂੰ ਲੋੜ ਹੈ ਇਸ ਕਰਕੇ ਉਹ ਲੈਣੀ ਚਾਹੀਦੀ ਹੈ। ਸਿਰਫ ਚੰਗੀ ਦੇਖ ਕੇ ਪੈਸਾ ਉਡਾ ਕੇ ਆਵਾਂਗੇ ਤੇ ਬਾਅਦ ਚ ਪਛਤਾਪ ਹੋਏਗਾ। ਤੇ ਅਸਲੀ ਮਨੋਰੰਜਨ ਇਹ ਹੁੰਦਾ ਹੈ ਕਿ ਜਿਹੜਾ ਮੈਨੂੰ ਅੱਜ ਵੀ ਮਜ਼ਾ ਆਵੇ ਕੱਲ ਵੀ ਆਉਂਦਾ ਰਹੇ, ਅੱਜ ਦਾ ਮਜ਼ਾ ਕੱਲ ਦੀ ਸਜ਼ਾ ਨਾ ਹੋ ਜਾਵੇ। ਹਾਂਜੀ, ਸ਼ੂਗਰ ਕੋਟਿਡ ਪੋਇਜ਼ਨ ਉਹਨੂੰ ਕਿਹਾ ਜਾਂਦਾ ਹੈ। ਹਾਂਜੀ, ਕਿ ਅੱਜ ਤੇ ਮਜ਼ਾ ਲੈ ਲਿਆ ਫਿਰ ਬਾਅਦ ਚ ਕੀ ਹੋਵੇਗਾ। ਜਿੱਦਾਂ ਕਹਿੰਦੇ ਕਿ ਇੱਕ ਆਦਮੀ ਇੱਕ ਪੇੜ ਤੇ ਬੈਠਾ ਸੀਗਾ ਤੇ ਜਿਹੜੀ ਟਹਿਣੀ ਤੇ ਬੈਠਾ ਸੀ ਉਹ ਟਹਿਣੀ ਦੂਜੇ ਪਾਸੋਂ ਦੋ ਚੂਹੇ ਕੁਤਰੀ ਜਾ ਰਹੇ ਸੀ, ਇੱਕ ਚਿੱਟਾ ਚੂਹਾ ਤੇ ਇੱਕ ਕਾਲਾ ਚੂਹਾ, ਤੇ ਉਹਦੇ ਥੱਲੇ ਇੱਕ ਖੂਹ ਸੀਗਾ। ਉਸ ਖੂਹ ਵਿੱਚ ਇੱਕ ਅਜਗਰ ਮੂੰਹ ਖੋਲ ਕੇ ਪਿਆ ਸੀਗਾ ਤੇ ਉਧਰੋਂ ਟਹਿਣੀ ਉਹਦੀ ਟੁੱਟਣ ਵਾਲੀ ਸੀਗੀ, ਚੂਹੇ ਕੁਤਰੀ ਜਾ ਰਹੇ ਸੀ। ਜਿਹੜੀ ਟਹਿਣੀ ਤੇ ਬੈਠਾ ਸੀ ਉਹਦੇ ਉੱਪਰ ਵਾਲੀ ਟਹਿਣੀ ਤੇ ਇੱਕ ਮੱਖੀਆਂ ਦਾ ਛੱਤਾ ਸੀਗਾ, ਸ਼ਹਿਦ ਨਾਲ ਲਬਾਲਬ ਭਰਿਆ ਹੋਇਆ, ਉਹਤੋਂ ਬੂੰਦ ਬੂੰਦ ਸ਼ਹਿਦ ਟਪਕ ਰਿਹਾ ਸੀਗਾ। ਤੇ ਉਹ ਏਦਾਂ ਮੂੰਹ ਕਰਦਾ ਸੀ ਉੱਪਰ ਤੇ ਇੱਕ ਬੂੰਦ ਸ਼ਹਿਦ ਦੀ ਉਹਦੇ ਮੂੰਹ ਚ ਪੈਂਦੀ ਸੀ, ਬਹੁਤ ਸਵਾਦ ਸ਼ਹਿਦ ਸੀਗਾ। ਥੱਲੇ ਬਹੁਤ ਸਾਰੇ ਲੋਕੀ ਖੜੇ ਵਾਜਾਂ ਮਾਰ ਰਹੇ ਸੀ, ਥੱਲੇ ਆ ਜਾ ਥੱਲੇ ਆ ਜਾ, ਟਹਿਣੀ ਟੁੱਟਣ ਵਾਲੀ ਹੈ, ਖੂਹ ਚ ਡਿੱਗ ਪਏਗਾ, ਅਜਗਰ ਖਾ ਜਾਏਗਾ, ਮਰ ਜਾਏਗਾ। ਉਹ ਕਹਿੰਦਾ ਇੱਕ ਬੂੰਦ ਹੋਰ, ਇੱਕ ਬੂੰਦ ਆ ਗਈ ਮੂੰਹ ਚ ਤੇ ਥੱਲੋਂ ਵਾਜ ਪੈ ਗਈ, ਜਲਦੀ ਆ ਛੇਤੀ ਆ। ਫਿਰ ਕਹਿੰਦਾ ਇੱਕ ਬੂੰਦ ਹੋਰ, ਚੂਹੇ ਕੁਤਰੀ ਜਾ ਰਹੇ ਸੀ, ਬੜਾ ਸਵਾਦ ਸ਼ਹਿਦ ਸੀਗਾ। ਫਿਰ ਕਹਿੰਦਾ ਇੱਕ ਬੂੰਦ ਹੋਰ, ਹੋਰ ਹੋਰ ਕਰਦੇ ਟਹਿਣੀ ਪੂਰੀ ਕੁਤਰੀ ਗਈ, ਟਹਿਣੀ ਟੁੱਟ ਗਈ, ਖੂਹ ਚ ਡਿੱਗ ਗਿਆ ਤੇ ਉਹਨੂੰ ਅਜਗਰ ਖਾ ਗਿਆ। ਤੇ ਅੱਜ ਦੇ ਇਨਸਾਨ ਦਾ ਐਂਟਰਟੇਨਮੈਂਟ ਇਹੋ ਜਿਹਾ ਹੈਗਾ, ਟੈਂਪਰੇਰੀ ਮੋਮੈਂਟਰੀ ਸੈਂਸੂਅਸ ਪਲੇਅਰ ਦੇ ਵਾਸਤੇ ਅੱਜ ਦਾ ਇਨਸਾਨ ਆਪਣੇ ਫਿਊਚਰ ਨੂੰ ਭੁੱਲ ਜਾਂਦਾ, ਆਪਣੇ ਜ਼ਿੰਮੇਵਾਰੀਆਂ ਨੂੰ ਭੁੱਲ ਜਾਂਦਾ, ਆਪਣੇ ਐਥਿਕਸ ਨੂੰ ਭੁੱਲ ਜਾਂਦਾ, ਮਰਿਆਦਾ ਕੀ ਹੁੰਦੀ ਹੈ ਜ਼ਿੰਦਗੀ ਦੀ ਉਹਨੂੰ ਭੁੱਲ ਜਾਂਦਾ। ਸਾਨੂੰ ਲੋਕੀ ਗਾਈਡ ਕਰਦੇ ਹੈ, ਸਾਡੇ ਗੁਰੂ ਗਾਈਡ ਕਰਦੇ ਹੈ, ਸਾਡੇ ਗ੍ਰੰਥ ਗਾਈਡ ਕਰਦੇ ਹੈ, ਉਹ ਸਾਰੀ ਗਾਈਡੈਂਸ ਨੂੰ ਭੁੱਲ ਕੇ ਮੋਮੈਂਟਰੀ ਸ਼ਰਾਬ ਪੀ ਕੇ ਮਜ਼ਾ ਆ ਰਿਹਾ, ਜੂਆ ਖੇਲ ਕੇ ਦੂਜੇ ਨੂੰ ਹਰਾ ਕੇ ਮਜ਼ਾ ਆ ਗਿਆ। ਜਦੋਂ ਹਾਰੇਗਾ ਹੁਣੇ ਹਾਰ ਜਾਏਗਾ, ਹੁਣੇ ਹਾਰ ਜਾਏਗਾ, ਇੱਕ ਗੇਮ ਹੋਰ, ਇੱਕ ਬਾਜੀ ਹੋਰ, ਫਿਰ ਹਾਰ ਗਏ ਚੱਲ ਅਗਲੀ ਬਾਜੀ, ਫਿਰ ਹਾਰ ਗਏ ਚੱਲ ਅਗਲੀ ਬਾਜੀ, ਕਰਦੇ ਕਰਦੇ ਸਾਰਾ ਕੁਝ ਹਾਰ ਜਾਈਦਾ। ਤੇ ਇਸ ਕਰਕੇ ਜ਼ਿੰਦਗੀ ਦੀ ਵੱਡੀ ਬਾਜ਼ੀ ਵੀ ਇਸੇ ਤਰ੍ਹਾਂ ਆਪਾਂ ਹਾਰ ਨਾ ਜਾਈਏ। ਦੇਖੋ ਮੋਮੈਂਟਰੀ ਪਲੇਅਰ ਹੈ, ਜਿਬ ਮਜ਼ਾ ਲੈ ਰਹੀ ਹੈ, ਜਿਬ ਨੂੰ ਬਹੁਤ ਸਵਾਦ ਲੱਗਦਾ ਰਸਗੁੱਲਾ, ਬਹੁਤ ਸਵਾਦ ਲੱਗਦੀਆਂ ਮਿਠਾਈਆਂ, ਪਰ ਡਾਕਟਰ ਕਹਿੰਦਾ ਸ਼ੂਗਰ ਹੋ ਗਈ ਹੈ, ਹਾਂਜੀ ਨਹੀਂ ਖਾਣੀਆਂ। ਤੇ ਉਹ ਫਿਰ ਮਨੋਰੰਜਨ ਕਿਸ ਕੰਮ ਦਾ ਜਿਹੜਾ ਜਿਬ ਨੂੰ ਚੰਗਾ ਲੱਗੇ ਸਰੀਰ ਨੂੰ ਮੌਤ ਦੇ ਦੇਵੇ। ਬਿਲਕੁਲ, ਪੈਰ ਕੱਟਣਾ ਪੈ ਜਾਏ, ਕੱਲ ਨੂੰ ਤੁਹਾਡਾ ਓਪਰੇਸ਼ਨ ਹੋਵੇ ਤੇ ਓਪਰੇਸ਼ਨ ਵੀ ਨਾ ਹੋ ਸਕੇ, ਤੁਹਾਡਾ ਜ਼ਖਮ ਵੀ ਨਾ ਭਰਿਆ ਜਾਵੇ, ਤੇ ਇਹੋ ਜਿਹੇ ਰਸਗੁੱਲੇ ਕਿਸ ਕੰਮ ਦੇ। ਬਿਲਕੁਲ, ਤੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਮਨ ਨਾਲ ਤੁਸੀਂ ਮਿੱਠੇ ਰਹੋ ਤੇ ਮਿੱਠਾ ਖਾਣ ਤੋਂ ਜ਼ਿਆਦਾ ਵਧੀਆ ਗੱਲ ਹੈ। ਮੂੰਹੋਂ ਮਿੱਠਾ ਬੋਲੋ ਤੇ ਮਿੱਠਾ ਖਾਣ ਤੋਂ ਜ਼ਿਆਦਾ ਵਧੀਆ ਗੱਲ ਹੈ। ਬਿਲਕੁਲ, ਜਿਹਨੂੰ ਕਿਹਾ ਜਾਂਦਾ ਕਿ ਗੁੜ ਨਹੀਂ ਦੇ ਸਕਦੇ ਤੇ ਗੁੜ ਵਰਗਾ ਮਿੱਠਾ ਤੇ ਬੋਲੋ। ਹਾਂਜੀ, ਤੇ ਇਹ ਜਿਹੜੇ ਸਵਾਦ ਨੇ ਆਪਣਾ ਮਨ ਵੀ ਲੈਂਦਾ। ਆਪਾਂ ਵੇਖਿਆ ਹੈ ਕਿ ਜੇ ਅੰਦਰ ਦੀ ਅੱਖ ਕਿਸੇ ਦੀ ਚੰਗੀ ਹੈ, ਸਤਵਿਕ ਹੈ, ਪੋਜ਼ਿਟਿਵ ਹੈ, ਤੇ ਇੱਕ ਪਿੰਡ ਚ ਬੈਠੇ ਵੀ ਉਹਨਾਂ ਵਾਸਤੇ ਸ਼ਿਮਲਾ ਮਨਸੂਰੀ ਹੈਗਾ। ਅੰਦਰ ਦੀ ਅੱਖ ਨਾਲ ਵਿਜ਼ੁਅਲਾਈਜ਼ ਕੀਤੀਆਂ ਜਾ ਸਕਦੀਆਂ ਸੋਹਣੀਆਂ ਸੋਹਣੀਆਂ ਸੀਨਰੀਆਂ, ਸੋਹਣੇ ਸੋਹਣੇ ਫਿਊਚਰ ਦੇ ਸੀਨ, ਸਭ ਨੂੰ ਸੁੱਖ ਦੇਣ ਦੀਆਂ ਭਾਵਨਾ। ਜੇ ਕਿਸੇ ਦੀ ਅੰਦਰ ਦੀ ਅੱਖ ਖਰਾਬ ਹੈ ਤੇ ਸ਼ਿਮਲਾ ਮਨਸੂਰੀ ਲੰਡਨ ਅਮਰੀਕਾ ਬੈਠਾ ਵੀ ਉਹ ਦੁੱਖ ਦੇ ਸੀਨ ਵੇਖੀ ਜਾਏਗਾ। ਬਿਲਕੁਲ, ਕਿੱਦਾਂ ਕਿਸੇ ਨੂੰ ਕੁੱਟਣਾ ਹੈ, ਕਿੱਦਾਂ ਕਿਸੇ ਨੂੰ ਬੁੱਧੂ ਬਣਾਉਣਾ, ਤੇ ਉਹਦੇ ਵਾਸਤੇ ਉਹ ਐਂਟਰਟੇਨਮੈਂਟ ਨਹੀਂ ਹੁੰਦਾ। ਇਸ ਕਰਕੇ ਸੱਚਾ ਐਂਟਰਟੇਨਮੈਂਟ ਅੰਦਰ ਮਨ ਦੀ ਜਿਬ ਨਾਲ ਮਿੱਠਾ ਬੋਲ ਕੇ, ਮਿੱਠਾ ਦੂਸਰੇ ਨੂੰ ਵਿਵਹਾਰ ਦੇ ਕੇ ਆਪਾਂ ਕਰ ਸਕਦੇ ਹਾਂ, ਉਹ ਟੇਸਟ ਲੈ ਸਕਦੇ ਹਾਂ, ਚੰਗੇ ਸੀਨ ਦੇਖ ਕੇ ਆਪਾਂ ਉਹ ਟੇਸਟ ਲੈ ਸਕਦੇ ਹਾਂ। ਇੱਥੇ ਇਹ ਵੀ ਮੈਂ ਪੁੱਛਣਾ ਚਾਹੁੰਦੀ ਹਾਂ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਸਪੈਸ਼ਲ ਟਾਈਮ ਕੱਢਣਾ ਪੈਂਦਾ ਐਂਟਰਟੇਨਮੈਂਟ ਲਈ, ਕਦੀ ਅਸੀਂ ਮੂਵੀ ਵੇਖਣ ਜਾਂਦੇ ਹਾਂ, ਕਦੀ ਵੈਕੇਸ਼ਨਸ 'ਤੇ ਜਾਂਦੇ ਹਾਂ, ਕਦੀ ਕਲੱਬਸ ਜਾਂਦੇ ਹਾਂ, ਕੀ ਇਹੋ ਜਿਹਾ ਕੋਈ ਜ਼ਰੀਆ ਹੈ ਕਿ ਅਸੀਂ ਹਰ ਵਕਤ
ਐਂਟਰਟੇਨਮੈਂਟ ਨੂੰ ਆਪਣੀ ਲਾਈਫ 'ਚ ਲੈ ਕੇ ਆ ਸਕੀਏ। ਬਿਲਕੁਲ, ਬੜੇ ਆਰਾਮ ਨਾਲ ਲਿਆ ਸਕਦੇ ਹਾਂ। ਜ਼ਿੰਦਗੀ ਦੇ ਹਰ ਕੰਮ ਨੂੰ ਫਨ ਬਣਾ ਦਿਓ, ਹਰ ਕੰਮ ਨੂੰ ਫਨ ਬਣਾ ਦਿਓ। ਜੋ ਮਰਜ਼ੀ ਤੁਸੀਂ ਖਾ ਰਹੇ ਹੋ, ਚਾਹੇ ਤੁਸੀਂ ਅੱਜ ਸੁੱਕੀ ਦਾਲ ਰੋਟੀ ਵੀ ਖਾ ਰਹੇ ਹੋ, ਤਾਂ ਵੀ ਤੁਸੀਂ ਉਹਦੇ ਵਿੱਚ ਵੀ 36 ਪ੍ਰਕਾਰ ਦੇ ਵਿਅੰਜਨਾਂ ਦਾ ਮਜ਼ਾ ਲੈ ਸਕਦੇ ਹੋ, ਜੇ ਤੁਸੀਂ ਰੱਬ ਦਾ ਸ਼ੁਕਰ ਕਰਕੇ ਖਾਓ ਕਿ ਰੱਬ ਤੇਰਾ ਦਿੱਤਾ ਬਹੁਤ ਚੰਗਾ, ਜੋ ਤੂੰ ਦਿੱਤਾ ਕੋਈ ਹੋਰ ਨਹੀਂ ਦੇ ਸਕਦਾ। ਇੱਕ ਵਾਰੀ ਸਾਨੂੰ ਕਿਸੇ ਨੇ ਇੱਕ ਚੁਟਕਲਾ ਸੁਣਾਇਆ ਸੀ, ਬਹੁਤ ਚੰਗਾ ਲੱਗਿਆ, ਮੈਨੂੰ ਯਾਦ ਵੀ ਰਹਿੰਦਾ। ਤੇ ਬੁੱਢੇ ਮਾਤਾ ਜੀ ਸੀਗੇ ਇੱਕ, ਕਹਿੰਦੇ ਇੱਕ ਵਾਰੀ ਟ੍ਰੇਨ 'ਚ 2 ਬੰਦੇ ਜਾ ਰਹੇ ਸੀ ਤੇ ਆਪਸ 'ਚ ਗੱਲ ਕਰਦੇ ਬੈਠੇ ਬੈਠੇ, ਯਾਰ ਭੁੱਖ ਲੱਗੀ ਹੈ। ਦੂਜਾ ਕਹਿੰਦਾ ਹਾਂ ਯਾਰ ਮੈਨੂੰ ਵੀ ਬੜੀ ਭੁੱਖ ਲੱਗੀ ਹੈ, ਤੇ ਕੀ ਖਾਈਏ, ਕਹਿੰਦੇ ਲਿਆਂਦਾ ਤੇ ਕੁਝ ਹੈਗਾ ਨੀ। ਕਹਿੰਦੇ ਚਲੋ ਫਰਜ਼ ਕਰਦੇ ਆ, ਫਰਜ਼ ਕਰਕੇ ਆਪਾਂ ਖਾਂਦੇ ਹਾਂ, ਨਹੀਂ ਹੈਗਾ ਉਦੋਂ ਤੱਕ ਫਰਜ਼ ਕਰ ਲੈਂਦੇ ਹਾਂ, ਸੋਚ ਲੈਂਦੇ ਹਾਂ ਕਿ ਇਹ ਖਾ ਰਹੇ ਹਾਂ ਇਹ ਖਾ ਰਹੇ ਹਾਂ। ਤੇ ਪਹਿਲੇ ਨੇ ਦੂਜੇ ਨੂੰ ਪੁੱਛਿਆ ਯਾਰ ਤੂੰ ਕੀ ਫਰਜ਼ ਕੀਤਾ, ਕੀ ਖਾ ਰਹੇ ਹੈ? ਉਹ ਕਹਿੰਦਾ ਕੀ ਖਾ ਰਹੇ ਹਾਂ, ਰੋਟੀ ਦੇ ਨਾਲ ਸਬਜ਼ੀ ਹੈ। ਕਹਿੰਦਾ ਕਿਹਦੀ ਸਬਜ਼ੀ ਹੈ? ਕਹਿੰਦਾ ਮਿਰਚਾਂ ਦੀ ਸਬਜ਼ੀ ਹੈ। ਮਿਰਚਾਂ ਦੀ ਕੋਈ ਸਬਜ਼ੀ ਹੁੰਦੀ ਹੈ? ਕਹਿੰਦਾ ਚੱਲ ਖਾਣਾ ਹੀ ਹੈ, ਖਾ ਰਹੇ ਹਾਂ। ਕਹਿੰਦਾ ਅੱਛਾ ਤੂੰ ਦੱਸ ਤੂੰ ਕੀ ਖਾ ਰਹੇ ਹੈ? ਕਹਿੰਦਾ ਮੈਂ ਖਾ ਰਿਹਾ ਛੋਲੇ ਭਟੂਰੇ, ਮੈਂ ਖਾ ਰਿਹਾ ਖੀਰ, ਮੈਂ ਖਾ ਰਿਹਾ ਲੱਡੂ। ਉਹ ਕਹਿੰਦਾ ਕਿਤੇ ਹੈਗੇ ਤੇ ਹੈ ਨੀ। ਕਹਿੰਦੇ ਫਰਜ਼ ਹੀ ਕਰਨਾ ਨਾ, ਫਰਜ਼ ਹੀ ਕਰਨਾ, ਤੂੰ ਸੁੱਕੀ ਰੋਟੀ ਤੇ ਮਿਰਚਾਂ ਕਿਉਂ ਫਰਜ਼ ਕਰਦਾ, ਖੀਰ ਪੂੜੀ ਕਿਉਂ ਨੀ ਫਰਜ਼ ਕਰਦਾ? ਸਹੀ ਗੱਲ। ਉਹਨੂੰ ਕਿਹਾ ਜਾਂਦਾ ਮਨ ਕੇ ਲੱਡੂ ਫੀਕੇ ਕਿਉਂ। ਤੇ ਮਨ ਜੇ ਸਾਡਾ ਚੰਗੇ ਫਿਊਚਰ ਦੇ ਸੀਨ ਬਣਾਉਂਦਾ, ਹਾਂਜੀ, ਚੰਗੇ ਕਰਮਾਂ ਦੇ ਸੀਨ ਬਣਾਉਂਦਾ, ਤੇ ਸਾਨੂੰ ਸੁੱਕੀ ਰੋਟੀ ਵੀ 36 ਪ੍ਰਕਾਰ ਦੇ ਵਿਅੰਜਨਾਂ ਨਾਲ ਜ਼ਿਆਦਾ ਚੰਗੀ ਲੱਗਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੰਡ ਖਾਓ ਖੰਡ ਖਾਓ। ਬਿਲਕੁਲ, ਵੰਡ ਛਕੋ, ਵੰਡ ਕੇ ਖਾਓ, ਦੂਜੇ ਨੂੰ ਸੁੱਖ ਦਿਓ, ਤੇ ਤੁਹਾਡਾ ਉਹ ਸੁੱਕੀ ਰੋਟੀ ਦਾ ਵੀ ਸਵਾਦ ਜਿਭ ਫਸਟ ਕਲਾਸ ਲਏਗੀ। ਮੈਂ ਇਹ ਮੰਨਦੀ ਹਾਂ ਕਿ ਸਵਾਦ ਜਿਭ ਨਹੀਂ ਲੈਂਦੀ, ਮਨ ਲੈਂਦਾ, ਮਨ ਲੈਂਦਾ। ਸਮਝੋ ਮੈਂ ਬਹੁਤ ਸਵਾਦ ਚੀਜ਼ ਖਾਣ ਲੱਗੀ ਸੀ, ਮੈਨੂੰ ਬਹੁਤ ਪਸੰਦ ਹੈ ਕਿ ਇਹ ਚੀਜ਼ ਆਈਸਕ੍ਰੀਮ, ਆਹ ਮਜ਼ਾ ਆ ਗਿਆ, ਏਦਾਂ ਕਰਨ ਹੀ ਲੱਗੀ ਸੀ, ਕੋਈ ਬੁਰੀ ਖਬਰ ਆ ਗਈ, ਹਾਂਜੀ, ਕਿ ਤੁਹਾਡੇ ਫਲਾਣੇ ਦਾ ਐਕਸੀਡੈਂਟ ਹੋ ਗਿਆ, ਉਹੀ ਸਵਾਦ ਚੀਜ਼ ਜਿਭ ਤੇ ਹੁਣ ਕਿਹੋ ਜਿਹੀ ਲੱਗੇਗੀ? ਲੱਗੇਗੀ ਮਿੱਠੀ, ਸਵਾਦ ਨਹੀਂ ਆਏਗਾ, ਉਹਦਾ ਵੀ ਸਵਾਦ ਨਹੀਂ ਆਉਣਾ, ਕਿਉਂਕਿ ਮਨ ਚ ਤਾਂ ਕੁਛ ਹੋਰ ਇੰਸੀਡੈਂਟ ਚੱਲ ਰਿਹਾ, ਮਨ ਚ ਕੌੜੇ ਸੀਨ ਆ ਗਏ ਨੇ। ਜੇ ਮਨ ਚ ਮਿੱਠੇ ਸੀਨ ਹੈਗੇ ਹੈ, ਹਾਂਜੀ, ਤੇਰਾ ਸਕਾਲਰਸ਼ਿਪ ਆ ਗਿਆ, ਬਿਲਕੁਲ, ਤੈਨੂੰ ਟੌਪ ਪੋਜੀਸ਼ਨ ਮਿਲ ਗਈ ਹੈ, ਉਸ ਵੇਲੇ ਮੇਰੀ ਮਾਂ ਕਵੇ ਰੁਕ ਜਾ, ਸਾਦੀ ਰੋਟੀ ਬਣੀ ਤੇ ਪਈ ਹੈ, ਮੈਂ ਆਲੂ ਦਾ ਪਰੌਂਠਾ ਬਣਾ ਦਿੰਦੀ ਹਾਂ ਮੱਖਣ ਨਾਲ ਖਾ ਕੇ ਜਾਈ, ਕੀ ਕਵਾਂਗੇ? ਨਹੀਂ ਨਹੀਂ ਸੁੱਕੀ ਰੋਟੀ ਦਿਓ, ਕੋਈ ਨੀ, ਚਾਹ ਛੇਤੀ ਜਾਣਾ, ਨਹੀਂ ਨਹੀਂ ਕੋਈ ਚੱਲੇਗੀ, ਚੱਲੇਗਾ ਚੱਲੇਗਾ, ਕੋਈ ਨੀ, ਖਾਣ ਪੀਣ ਨੂੰ ਸਾਰੀ ਉਮਰ ਪਈ ਹੈ, ਤੇ ਉਹ ਕੀ ਗੱਲ ਹੁੰਦੀ ਹੈ? ਉਹ ਸਾਡੇ ਮਨ ਚ ਰੁਚੀ ਦਾ ਕੋਈ ਸਬਜੈਕਟ ਹੈ, ਖੁਸ਼ੀ ਦਾ ਸਬਜੈਕਟ ਹੈ। ਤੇ ਇਸੇ ਤਰ੍ਹਾਂ ਜੋ ਵੀ ਜ਼ਿੰਦਗੀ ਚ ਸਾਨੂੰ ਪ੍ਰਾਪਤ ਹੋ ਰਿਹਾ ਹੈ, ਹਰ ਦੇ ਅੰਦਰ ਕੋਈ ਨਾ ਕੋਈ ਖੁਸ਼ੀ ਛਿਪੀ ਹੁੰਦੀ ਹੈ, ਉਹ ਛਿਪੀ ਹੋਈ ਖੁਸ਼ੀ ਨੂੰ ਕੱਢ ਲੈਣਾ ਚਾਹੀਦਾ ਬਾਹਰ। ਹਾਂਜੀ, ਜਿਸ ਤਰ੍ਹਾਂ ਇੱਕ ਭਾਈ ਨਹਾਣ ਗਿਆ ਬਾਥਰੂਮ ਦੇ ਅੰਦਰ, ਅੰਦਰੋਂ ਜ਼ੋਰ ਦੀ ਆਵਾਜ਼ ਆਈ, ਹਾਂਜੀ, ਡਿੱਗਣ ਦੀ, ਤੇ ਉਹਦੀ ਘਰ ਵਾਲੀ ਨੇ ਪੁੱਛਿਆ ਕੀ ਹੋਇਆ ਇੰਨੀ ਜ਼ੋਰ ਦਾ ਧੜਾਮ? ਉਹ ਕਹਿੰਦਾ ਪਜਾਮਾ ਡਿੱਗ ਪਿਆ। ਪਜਾਮਾ ਡਿੱਗ ਪਿਆ? ਪਜਾਮਾ ਡਿੱਗਣ ਦੀ ਇੰਨੀ ਆਵਾਜ਼? ਅੰਦਰੋਂ ਭਾਈ ਕਹਿੰਦਾ ਪਜਾਮੇ 'ਚ ਮੇਰੀਆਂ ਲੱਤਾਂ ਵੀ ਸੀਗੀਆਂ। ਦੇਖੋ ਹੋਇਆ ਤੇ ਹਾਦਸਾ ਸੀਗਾ, ਹਾਂਜੀ, ਪਰ ਹਾਦਸੇ ਨੂੰ ਉਹਨੇ ਮਨੋਰੰਜਨ ਬਣਾ ਦਿੱਤਾ। ਬਿਲਕੁਲ ਸਹੀ, ਛੋਟੀਆਂ ਛੋਟੀਆਂ ਗੱਲਾਂ ਨੂੰ ਆਪਾਂ ਮਾਈਂਡ ਨਾ ਕਰੀਏ, ਹਿਊਮਰ ਐਡ ਕਰੀਏ ਲਾਈਫ 'ਚ ਕੁਝ, ਤੇ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਆਪਾਂ ਹਿਊਮਰ ਐਡ ਕਰਕੇ ਬਹੁਤ ਲਾਈਟ ਕਰ ਸਕਦੇ ਹਾਂ। ਅਯੋ, ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀ, ਕਿਉਂਕਿ ਜਦੋਂ ਡੇ ਟੂ ਡੇ ਲਾਈਫ 'ਚ ਬੰਦਾ ਕੰਮ ਕਰਦਾ ਹੈ, ਬਹੁਤ ਸਾਰੀ ਟੈਨਸ਼ਨਾਂ ਹੁੰਦੀਆਂ ਦਿਮਾਗ 'ਚ, ਪੈਸੇ ਕਮਾਉਣ ਦੀ ਅਲੱਗ ਟੈਨਸ਼ਨ ਹੁੰਦੀ, ਘਰ ਦੀ ਅਲੱਗ ਟੈਨਸ਼ਨ ਹੁੰਦੀ ਹੈ, ਨੂੰਹ ਸੱਸ ਦੀ ਅਲੱਗ ਟੈਨਸ਼ਨ ਹੁੰਦੀ ਹੈ, ਬੱਚੇ ਨੂੰ ਅਲੱਗ ਟੈਨਸ਼ਨ ਹੈ ਸਕੂਲ ਦੀ, ਅਤੇ ਇਹ ਸਭ ਟੈਨਸ਼ਨਾਂ ਦੇ ਵਿੱਚ ਜੇ ਉਹ ਸੋਚੇ ਕਿ ਮੈਂ ਆਪਣੇ ਕੰਮ ਨੂੰ ਔਰ ਆਪਣੇ ਜੋ ਵੀ ਹੋ ਰਿਹਾ ਹੈ ਮੇਰੇ ਨਾਲ, ਉਹਨੂੰ ਐਂਟਰਟੇਨਮੈਂਟ 'ਚ ਕਿੱਦਾਂ ਕਨਵਰਟ ਕਰਾਂ ਮੈਂ? ਜੋ ਵੀ ਕੰਮ ਹੈ, ਜੇ ਉਹਨੂੰ ਤੁਸੀਂ ਕੰਮ ਸਮਝੋਗੇ ਤੇ ਮੁਸੀਬਤ ਹੋ ਜਾਣੀ ਹੈ ਜ਼ਰੂਰ। ਇਹ ਸੋਚ ਲਓ ਕਿ ਇਹ ਜ਼ਿੰਦਗੀ ਦੇ ਇੱਕ ਬਿਊਟੀ ਹੈ, ਉਤਾਰ ਚੜਾਅ। ਜਦੋਂ ਆਪਾਂ ਘੁੰਮਣ ਵਾਸਤੇ ਪਹਾੜਾਂ ਤੇ ਜਾਂਦੇ ਹਾਂ, ਤੇ ਪਹਾੜ ਕਿਹੜੇ ਪਲੇਨ ਹੁੰਦੇ ਆ?
ਹਾਂਜੀ ਉੱਥੇ ਵੀ ਚੜ੍ਹਨੇ ਆ ਤੇ ਲੱਤਾਂ ਦੁਖਦੀਆਂ, ਬਿਲਕੁਲ ਗੋਡੇ ਵੀ ਦੁਖਣ ਲੱਗ ਜਾਂਦੇ ਆ, ਲੱਤਾਂ 'ਚ ਗਿਲਟੀਆਂ ਵੀ ਪੈ ਜਾਂਦੀ ਆ, ਤਾਂ ਵੀ ਆਪਾਂ ਕਹਿੰਦੇ ਹਾਂ ਕਿ ਆਪਾਂ ਘੁੰਮ ਕੇ ਆਏ, ਉਤਾਰ ਚੜ੍ਹਾਵ ਹੈ, ਠੰਡ ਹੈ, ਗਰਮੀ ਹੈ, ਕਿਤੇ ਭੁੱਖੇ ਰਹਿਣਾ ਪੈਂਦਾ ਹੈ, ਕਿਤੇ ਠੀਕ ਖਾਣਾ ਪੀਣਾ ਨਹੀਂ ਮਿਲਦਾ, ਕਿਤੇ ਆਪਾਂ ਹੋਟਲ 'ਚ ਜਾ ਕੇ ਰਹਿੰਦੇ ਹਾਂ, ਬਿਸਤਰੇ 'ਚ ਖਟਮਲ ਹੁੰਦੇ ਆ, ਕਿਤੇ ਕੁਛ ਹੁੰਦਾ, ਕੋਈ ਪਲੇਨ ਲਾਈਫ ਤੇ ਬਾਹਰ ਵੀ ਨਹੀਂ ਹੁੰਦੀ ਜਦੋਂ ਆਪਾਂ ਐਂਟਰਟੇਨਮੈਂਟ ਕਰਨ ਜਾਂਦੇ ਹਾਂ, ਤਾਂ ਵੀ ਇੱਕ ਡਿਫਰੈਂਟ ਨਜ਼ਰੀਆ ਹੁੰਦਾ, ਹੋਰ ਕੋਈ ਗੱਲ ਨਹੀਂ। ਇਸੇ ਤਰ੍ਹਾਂ ਜ਼ਿੰਦਗੀ 'ਚ ਜਿਹੜੇ ਉਤਾਰ ਚੜ੍ਹਾਵ ਆ ਰਹੇ ਹੈ, ਕਦੇ ਕਿਸੇ ਨੇ ਮਿੱਠਾ ਬੋਲਿਆ, ਕਦੇ ਕਿਸੇ ਨੇ ਕੌੜਾ ਬੋਲਿਆ, ਕਦੇ ਜ਼ਿਆਦਾ ਪੈਸਾ ਆ ਗਿਆ, ਕਦੇ ਥੋੜ੍ਹਾ ਪੈਸਾ ਆ ਗਿਆ, ਸਮਝ ਲਓ ਨਾ ਜ਼ਿੰਦਗੀ ਵੀ ਇੱਕ ਪਹਾੜ ਦੀ ਚੜ੍ਹਾਈ ਹੈ। ਹਾਂਜੀ, ਕਦੇ ਚੜ੍ਹੋ, ਕਦੇ ਉਤਰੋ, ਮੌਜਾਂ ਲੈ ਲਓ, ਉਹਦੀਆਂ ਵੀ ਚੰਗੇ ਦਿਨ ਵੀ ਹਮੇਸ਼ਾ ਨਹੀਂ ਰਹਿੰਦੇ ਤੇ ਮਾੜੇ ਦਿਨ ਵੀ ਹਮੇਸ਼ਾ ਨਹੀਂ ਹਮੇਸ਼ਾ ਨਹੀਂ ਰਹਿੰਦੇ। ਰਹਿੰਦੇ। ਜਦੋਂ ਵੀ ਕੋਈ ਇਹੋ ਜਿਹਾ ਔਖਾ ਟਾਈਮ ਆਵੇ, ਇੱਕ ਗੱਲ ਯਾਦ ਰੱਖੋ ਕਿ ਹਮੇਸ਼ਾ ਨਹੀਂ ਰਹਿਣਾ। ਔਖੇ ਪਹਾੜਾਂ ਤੇ ਚੜ੍ਹ ਕੇ ਵੀ ਸੋਹਣਾ ਨਜ਼ਾਰਾ ਵੇਖਦਾ ਹੈ, ਪਰ ਜਦੋਂ ਤੱਕ ਚੜ੍ਹ ਰਹੇ ਹਾਂ ਉਦੋਂ ਤੱਕ ਹੀ ਔਖ ਹੈ। ਐਸੇ ਕਰਕੇ ਜਦੋਂ ਤੱਕ ਕੋਈ ਪੁੱਠਾ ਸਿੱਧਾ ਆ ਗਿਆ, ਕਿਸੇ ਨੇ ਘਾਟਾ ਪਹੁੰਚਾ ਤਾ, ਸਾਡੀ ਪ੍ਰੋਪਰਟੀ ਹੜਪ ਕੇ ਲੈ ਗਏ, ਇੱਕ ਪਹਾੜ ਚੜ੍ਹਨ ਦਾ ਪ੍ਰੋਸੈਸ ਹੈ, ਚੜ੍ਹ ਜਾਵਾਂਗੇ, ਜਦੋਂ ਇਹ ਸਾਰੀਆਂ ਗੱਲਾਂ ਕ੍ਰੋਸ ਕਰ ਜਾਵਾਂਗੇ ਤਾਂ ਆਪਾਂ ਹੋਰਾਂ ਨੂੰ ਸੁਣਾਇਆ ਕਰਾਂਗੇ ਕਿ ਸਾਡੇ ਨਾਲ ਵੀ ਹੋਇਆ ਸੀ, ਬੁਰਾ ਨਾ ਮੰਨੋ, ਠੀਕ ਹੋ ਜਾਂਦਾ, ਸਾਰਾ ਕੁਝ ਠੀਕ ਹੋ ਜਾਂਦਾ। ਤੇ ਲਾਈਟ ਵੇ ਨਾਲ ਲੈਣਾ ਚਾਹੀਦਾ, ਇਹ ਸਮਝਣਾ ਚਾਹੀਦਾ ਜੇ ਜ਼ਿੰਦਗੀ 'ਚ ਆਏ ਹਾਂ, ਤੇ ਪਲੇਨ ਰਸਤੇ ਕਦੇ ਖੁਸ਼ੀ ਨਹੀਂ ਦਿੰਦੇ। ਬਿਲਕੁਲ, ਉਹ ਲੋਕੀ ਸਦਾ ਮਹਾਨ ਹੋਏ ਹੈ, ਉਹ ਲੋਕੀ ਸਦਾ ਮੌਜਾਂ ਕਰਦੇ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਐਕਸਪੈਕਟ ਕਰਕੇ ਰੱਖਿਆ ਕਿ ਜ਼ਿੰਦਗੀ 'ਚ ਉਤਾਰ ਚੜ੍ਹਾਵ ਚੰਗੀ ਗੱਲ ਹੁੰਦੀ ਹੈ, ਮਾੜੀ ਗੱਲ ਨਹੀਂ ਹੁੰਦੀ ਹੈ। ਬਿਲਕੁਲ, ਹਮੇਸ਼ਾ ਜਦੋਂ ਵੀ ਰੱਬ ਤੋਂ ਪ੍ਰਾਰਥਨਾ ਕਰੋ, ਸਵੇਰੇ ਸਵੇਰੇ ਲੋਕੀ ਪ੍ਰਾਰਥਨਾ ਕਰਦੇ ਆ, ਮੰਦਰ ਗੁਰਦੁਆਰੇ ਜਾਂਦੇ ਆ, ਇਹ ਕਦੇ ਨਹੀਂ ਚਾਹੀਦਾ ਕਹਿਣਾ ਚਾਹੀਦਾ ਕਿ ਹੇ ਰੱਬ ਕਿਸੇ ਮਾੜੇ ਦਾ ਮੂੰਹ ਨਾ ਵਿਖਾਈ, ਹੇ ਰੱਬ ਇਹ ਕੰਮ ਸਾਰਾ ਠੀਕ ਹੋ ਜਾਵੇ। ਬਿਲਕੁਲ ਨਹੀਂ, ਇਹ ਤੇ ਐਸਕੇਪਿਜ਼ਮ ਹੈ। ਹਾਂਜੀ, ਇਹੀ ਕਹਿਣਾ ਚਾਹੀਦਾ, ਹੇ ਰੱਬ ਜਿੰਨੀਆਂ ਮਰਜ਼ੀ ਮੁਸ਼ਕਲਾਂ ਦੇਈ, ਹੇ ਰੱਬ ਜਿੰਨੇ ਮਰਜ਼ੀ ਮਾੜੇ ਲੋਕੀ ਮਿਲਾਈ, ਪਰ ਮੈਂ ਹਿੰਮਤ ਨਾ ਹਾਰਾਂ, ਬਿਲਕੁਲ ਮੈਂ ਸਾਰਿਆਂ ਨਾਲ ਮਜ਼ੇ ਨਾਲ ਵਿਵਹਾਰ ਕਰਾਂ। ਸਾਡੀ ਜ਼ਿੰਦਗੀ ਦੀ ਕਿਤਾਬ 'ਚ ਇੱਕ ਸੋਹਣੀ ਕਹਾਣੀ ਲਿਖੀ ਜਾਂਦੀ ਹੈ, ਕਿ ਹਰ ਚੀਜ਼ ਦਾ ਲੁਫਤ ਆਪਣਾ ਅਲੱਗ ਹੀ ਮਜ਼ਾ ਹੁੰਦਾ ਹੈ, ਅਲੱਗ ਮਜ਼ਾ ਹੈ। ਜੇ ਮਾੜੇ ਮਾੜੇ ਲੋਕੀ ਮਿਲੇ ਤਾਂ ਵੀ ਤੁਸੀਂ ਦੁਖੀ ਨਹੀਂ ਹੋਏ, ਹਾਂਜੀ, ਜੇ ਪ੍ਰੋਬਲਮਸ ਆਈਆਂ ਤਾਂ ਵੀ ਤੁਸੀਂ ਹੱਸਦੇ ਹੱਸਦੇ ਪਾਰ ਕੀਤਾ, ਤੇ ਤੁਹਾਡੀ ਬਾਇਓਗ੍ਰਾਫੀ 'ਚ ਲਿਖਣ 'ਚ ਕੁਛ ਤੇ ਹੋਏਗਾ। ਹਾਂ, ਕਹਿੰਦੇ ਨਾ ਕੁਛ ਮਿਲੇ ਨਾ ਮਿਲੇ, ਕਮ ਸੇ ਕਮ ਤਜਰਬਾ ਤਾਂ ਮਿਲ ਜਾਏਗਾ, ਤਜਰਬਾ ਮਿਲ ਜਾਏਗਾ। ਅਦਰਵਾਈਜ਼ ਜੇ ਸਭ ਕੁਛ ਚੰਗਾ ਚੰਗਾ ਆ ਗਿਆ, ਸਭ ਕੁਛ ਚੰਗਾ ਚੰਗਾ, ਤੁਹਾਡੀ ਬਾਇਓਗ੍ਰਾਫੀ 'ਚ ਕੀ ਲਿਖਿਆ ਜਾਣਾ? ਕੁਛ ਮਜ਼ਾ ਹੀ ਨਹੀਂ ਰਹੇਗਾ। ਜੋ ਅਸੀਂ ਫਨ ਜਿਹਦੇ ਐਂਟਰਟੇਨਮੈਂਟ ਦੀ ਗੱਲ ਕਰ ਰਹੇ ਹਾਂ, ਉਹ ਤਾਂ ਲਾਈਫ ਤਾਂ ਬਿਲਕੁਲ ਸਿੰਪਲ ਹੀ ਹੋ ਜਾਏਗੀ ਜੇ ਉਤਾਰ ਚੜ੍ਹਾਵ ਨਹੀਂ ਆਉਂਦੇ। ਉਤਾਰ ਚੜ੍ਹਾਵ ਅਸਲੀ ਫਨ ਹੈ। ਇਸੇ ਕਰਕੇ ਜਿਹੜੇ ਗ੍ਰੇਟ ਲੋਕ, ਜਿਹਦੀ ਵੀ ਆਪਾਂ ਬਾਇਓਗ੍ਰਾਫੀ ਪੜ੍ਹ ਕੇ ਦੇਖੀਏ, ਜਿਹਨੂੰ ਆਪਾਂ ਕਹਿੰਦੇ ਹਾਂ ਫਲਾਨਾ ਸੋ ਐਂਡ ਸੋ ਸੋ ਗ੍ਰੇਟ, ਮੈਨੂੰ ਬਹੁਤ ਪਸੰਦ ਫਲਾਨਾ ਫਲਾਨਾ, ਹਰ ਇੱਕ ਦੀ ਬਾਇਓਗ੍ਰਾਫੀ ਪੜ੍ਹੋ ਤੇ ਉਹਨੂੰ ਮੁਸੀਬਤਾਂ ਆਮ ਲੋਕਾਂ ਤੋਂ ਜ਼ਿਆਦਾ ਆਈਆਂ ਹੋਣੀਆਂ। ਬਿਲਕੁਲ, ਤਾਂ ਹੀ ਉਹਨੂੰ ਕਿਹਾ ਜਾਂਦਾ ਕਿ ਫਲਾਨਾ ਬੜਾ ਮਜ਼ੇਦਾਰ ਬੰਦਾ, ਪਰ ਉਹਨੇ ਉਹਨਾਂ ਮੁਸੀਬਤਾਂ ਦਾ ਬੁਰਾ ਨਹੀਂ ਮੰਨਿਆ। ਹਮੇਸ਼ਾ ਕਹਿ ਦੇਣਾ ਚਾਹੀਦਾ, ਆਈ ਹੈਵ ਨੋ ਮਾਈਂਡ ਟੂ ਮਾਈਂਡ, ਜੋ ਵੀ ਆਏ। ਤਾਂ ਜ਼ਿੰਦਗੀ ਇੱਕ ਯੁੱਧ ਦਾ ਮੈਦਾਨ ਹੈ, ਇਫ ਯੂ ਵਾਂਟ ਪੀਸ ਬੀ ਰੈਡੀ ਫੋਰ ਦ ਵਾਰ। ਰਾਈਟ, ਬਿਲਕੁਲ ਸਹੀ। ਮਨ ਦਾ ਸਕੂਨ ਉਹਨੂੰ ਹੀ ਮਿਲਦਾ ਜਿਹੜਾ ਮੁਸੀਬਤਾਂ ਨੂੰ ਬੁਰਾ ਨਹੀਂ ਮੰਨਦਾ, ਉਹਦੇ 'ਚ ਇੰਜੋਏ ਕਰਦਾ। ਹਾਂਜੀ, ਇਹਦੇ 'ਚ ਇੱਕ ਮੈਂ ਤੁਹਾਡੇ ਤੋਂ ਆਖਰੀ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਅਸੀਂ ਅਸੀਮ ਬਲਿਸ ਆਪਣੇ ਅੰਦਰ ਮਹਿਸੂਸ ਕਰਨਾ ਚਾਹੁੰਦੇ ਹਾਂ ਹਰ ਵਕਤ, ਇੱਕ ਸੁੱਖ ਦਾ ਅਨੁਭਵ ਹਰ ਵੇਲੇ ਸਾਨੂੰ ਰਹੇ, ਕਿੰਨੇ ਵੀ ਉਤਾਰ ਚੜਾਵਾਂ ਮੁਸੀਬਤਾਂ, ਇੱਕਜੁੱਟ ਹੋ ਕੇ ਜੋ ਅੰਦਰੋਂ ਹਿੰਮਤ ਹੈ ਉਹ ਬਣੀ ਰਹੇ, ਉਹ ਫੀਲਿੰਗਸ ਅਸੀਂ ਅੰਦਰ ਕਿੱਦਾਂ ਲੈ ਕੇ ਆ ਸਕਦੇ ਹਾਂ? ਉਹਦੇ ਵਾਸਤੇ ਥੋੜ੍ਹੀ ਪ੍ਰੈਕਟਿਸ ਦੀ ਲੋੜ ਜ਼ਰੂਰ ਪੈਂਦੀ ਹੈ। ਇੱਕ ਪ੍ਰੈਕਟਿਸ ਇਹੋ ਜਿਹੀ ਜ਼ਰੂਰ ਚਾਹੀਦੀ ਹੈ, ਉੱਪਰ ਵਾਲੇ 'ਤੇ ਵਿਸ਼ਵਾਸ। ਇਹੋ ਜਿਹਾ ਵਿਸ਼ਵਾਸ ਹੋਵੇ ਕਿ ਉਹ ਮੇਰੇ ਨਾਲ ਹੈ, ਅਤੇ ਜੋ ਕੁਝ ਵੀ ਹੋਵੇ ਮੇਰਾ ਮਾੜਾ ਹੋਣ ਵਾਲਾ ਨਹੀਂ, ਜੋ ਕੁਝ ਮਰਜ਼ੀ ਹੋ ਜਾਵੇ ਹਰ ਹਾਲ 'ਚ ਮੇਰੇ ਨਾਲ ਚੰਗਾ ਹੀ ਹੋਣਾ ਹੈ। ਆਈ ਥਿੰਕ ਇਹ ਫੀਲਿੰਗ ਹੋਣੀ ਹਰ ਇੱਕ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਰੂਰੀ, ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਹੁੰਦਾ ਕਿ ਕੋਈ ਹੈ ਜੋ ਤੁਹਾਡੇ ਲਈ ਖੜਾ ਹੈ, ਤੁਹਾਡੇ ਪਿੱਛੇ, ਤੁਹਾਡੇ ਉੱਪਰ, ਹਮੇਸ਼ਾ ਤੁਹਾਡੇ ਨਾਲ ਹੈ, ਤਾਂ ਇੱਕ ਸਿਕਿਓਰ ਵਾਲੀ ਜੋ ਫੀਲਿੰਗ ਹੈ ਉਹ ਆਪਣੇ ਆਪ ਆ ਜਾਂਦੀ ਹੈ। ਔਰ ਖਾਸ ਕਰਕੇ ਜਦੋਂ ਪਰਮਾਤਮਾ ਦਾ ਸਾਥ ਨਾਲ ਹੋਏਗਾ ਤਾਂ ਉਹ ਪਾਵਰ ਆਪਣੇ ਆਪ ਵੱਧ ਜਾਂਦੀ ਹੈ ਅੰਦਰੋਂ। ਕਿਉਂਕਿ ਦੇਖੋ, ਹਰ ਕਾਲੀ ਅੰਧੇਰੀ ਰਾਤ ਦੇ ਪਿੱਛੇ ਸੁਨਹਿਰਾ ਸਵੇਰਾ ਹੁੰਦਾ ਹੀ ਹੁੰਦਾ ਹੈ,
ਇੱਕ ਬਹੁਤ ਸੋਹਣਾ ਐਗਜ਼ਾਮਪਲ ਤੁਹਾਨੂੰ ਦੱਸਦੀ ਹਾਂ। ਇੱਕ ਵਾਰੀ ਰਾਜਾ ਅਕਬਰ ਆਪਣੇ ਦਰਬਾਰ 'ਚ ਬੈਠੇ ਸੀ ਅਤੇ ਉਹਨਾਂ ਦੀ ਨੰਗੀ ਤਲਵਾਰ ਨਾਲ ਪਏ ਸੀ, ਉਹਨਾਂ ਨੇ ਇੱਦਾਂ ਹੱਥ ਕੀਤਾ ਅਤੇ ਉਹਨਾਂ ਦੀ ਚੀਚੀ ਉਂਗਲੀ ਵੱਡੀ ਗਈ, ਅਤੇ ਅਚਾਨਕ ਬੀਰਬਲ ਦੇ ਮੂੰਹ ਨਿਕਲਿਆ, ਮਹਾਰਾਜ ਰੱਬ ਜੋ ਕਰਦਾ ਚੰਗਾ ਕਰਦਾ। ਉਹਨਾਂ ਨੂੰ ਬੜਾ ਗੁੱਸਾ ਆਇਆ ਅਕਬਰ ਨੂੰ, ਰੱਬ ਨੇ ਕੀ ਚੰਗਾ ਕੀਤਾ, ਮੇਰੀ ਉਂਗਲੀ ਵੱਡੀ ਗਈ। ਇੰਨਾ ਗੁੱਸਾ ਆਇਆ ਅਕਬਰ ਨੂੰ, ਉਹਨੇ ਬੀਰਬਲ ਨੂੰ ਜੇਲ੍ਹ 'ਚ ਪਾ ਦਿੱਤਾ, ਦੇਖ ਤੈਨੂੰ ਜੇਲ੍ਹ 'ਚ ਪਾ ਦੇਣਾ, ਤੂੰ ਕਿੱਦਾਂ ਕਹੇਂਗਾ ਰੱਬ ਜੋ ਕਰਦਾ ਚੰਗਾ ਕਰਦਾ। ਅਤੇ ਬੀਰਬਲ ਕਹਿੰਦਾ, ਹਾਂ ਮੈਂ ਹੁਣ ਵੀ ਕਹਿ ਰਿਹਾ ਰੱਬ ਜੋ ਕਰਦਾ ਚੰਗਾ ਕਰਦਾ। ਉਹਦੀ ਉਂਗਲੀ ਵੱਡੀ ਗਈ। ਰਾਜਾ ਕੁਝ ਦਿਨਾਂ ਬਾਅਦ ਸ਼ਿਕਾਰ ਖੇਡਣ ਗਿਆ ਆਪਣੇ ਹੋਰ ਸਾਥੀਆਂ ਨਾਲ, ਅਤੇ ਉੱਥੇ ਜਾਂਦੇ ਜਾਂਦੇ ਇੱਕ ਇਹੋ ਜਿਹੇ ਆਦਿਵਾਸੀਆਂ ਦੇ ਇਲਾਕੇ 'ਚ ਚਲੇ ਗਏ ਜਿਨ੍ਹਾਂ ਨੇ ਰਾਜਾ ਨੂੰ ਫੜ ਲਿਆ। ਉਹ ਦੇਵੀ ਦੀ ਪੂਜਾ ਕਰ ਰਹੇ ਸੀ ਅਤੇ ਬਲੀ ਚੜ੍ਹਾਉਣਾ ਚਾਹੁੰਦੇ ਸੀ। ਖੁਸ਼ ਹੋ ਗਏ ਕਿ ਅੱਜ ਤਾਂ ਦੇਵੀ ਖੁਸ਼ ਹੋ ਜਾਏਗੀ, ਇੱਕ ਰਾਜਾ ਦੀ ਬਲੀ ਚੜ੍ਹੇਗੀ। ਰਾਜਾ ਡਰ ਗਿਆ, ਇਹ ਕੀ ਹੋਇਆ। ਅਤੇ ਜਦੋਂ ਬਲੀ ਚੜ੍ਹਾਉਣ ਲੱਗੇ ਅਤੇ ਦੇਵੀ ਦੀ ਆਵਾਜ਼ ਆ ਗਈ, ਇਹ ਬਲੀ ਮੈਂ ਸਵੀਕਾਰ ਨਹੀਂ ਕਰਦੀ ਕਿਉਂਕਿ ਇਹਦਾ ਇੱਕ ਅੰਗ ਨਹੀਂ ਹੈਗਾ, ਉਹਦੀ ਉਂਗਲੀ ਨਹੀਂ ਸੀਗੀ। ਤੇ ਉਹ ਰਾਜਾ ਜਿਹੜਾ ਉਹ ਬਚ ਗਿਆ, ਬਚ ਗਿਆ। ਤੇ ਉਹਨੂੰ ਯਾਦ ਆਈ ਬੀਰਬਲ ਦੀ ਗੱਲ ਕਿ ਉਹਨੇ ਕਿਹਾ ਸੀ ਰੱਬ ਜੋ ਕਰਦਾ ਚੰਗਾ ਕਰਦਾ, ਤੇ ਉਹ ਵਾਪਸ ਆ ਕੇ ਉਹਨੇ ਬੀਰਬਲ ਨੂੰ ਜੇਲ੍ਹ ਚੋਂ ਕਢਾਇਆ ਤੇ ਉਹਦਾ ਬੜਾ ਥੈਂਕਸ ਕੀਤਾ। ਕਹਿੰਦਾ, ਹਾਂ ਬੀਰਬਲ ਇਹ ਗੱਲ ਤੇ ਠੀਕ ਹੈ, ਮੇਰੇ ਨਾਲ ਜੋ ਰੱਬ ਨੇ ਕੀਤਾ ਉਹ ਤੇ ਠੀਕ ਸੀਗਾ, ਇੱਕ ਉਂਗਲੀ ਵੱਢ ਕੇ ਮੈਂ ਪੂਰਾ ਮਰਨ ਤੋਂ ਬਚ ਗਿਆ, ਪਰ ਤੇਰੇ ਨਾਲ ਕੀ ਚੰਗਾ ਕੀਤਾ, ਤੂੰ ਤੇ ਜੇਲ੍ਹ 'ਚ ਪਿਆ ਸੜਦਾ ਰਿਹਾ। ਬੀਰਬਲ ਕਹਿੰਦਾ, ਨਹੀਂ ਮਹਾਰਾਜ, ਜੇ ਮੈਂ ਜੇਲ੍ਹ 'ਚ ਨਹੀਂ ਹੁੰਦਾ ਤੇ ਤੁਹਾਡੇ ਨਾਲ ਹੁੰਦਾ, ਤੇ ਜੰਗਲ 'ਚ ਜੇ ਤੁਹਾਡੀ ਬਲੀ ਨਾ ਚੜ੍ਹਦੀ ਤੇ ਮੇਰੀ ਚੜ੍ਹ ਜਾਣੀ ਸੀ। ਇਸ ਕਰਕੇ ਤੁਹਾਡੇ ਨਾਲ ਵੀ ਰੱਬ ਨੇ ਜੋ ਕੀਤਾ ਚੰਗਾ ਕੀਤਾ, ਮੇਰੇ ਨਾਲ ਵੀ ਜੋ ਕੀਤਾ ਚੰਗਾ ਕੀਤਾ। ਇਹੋ ਜਿਹਾ ਇੱਕ ਮਹਾਂਮੰਤਰ ਜੇ ਆਪਾਂ ਆਪਣੇ ਅੰਦਰ ਲੈ ਲੈਂਦੇ ਹਾਂ ਤੇ ਲੇਟਰ ਔਨ ਸਭ ਨੂੰ ਪਤਾ ਚੱਲਦਾ ਕਿ ਹਰ ਸੀਨ ਦੇ ਪਿੱਛੇ ਕੁਝ ਨਾ ਕੁਝ ਭਲਾਈ ਜ਼ਰੂਰ ਹੁੰਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਦੀਦੀ। ਅਗਰ ਹਰ ਇਨਸਾਨ ਇਹ ਸੋਚੇ ਕਿ ਜੋ ਹੋ ਰਿਹਾ ਅੱਛੇ ਲਈ ਹੋ ਰਿਹਾ ਹੈ, ਤਾਂ ਮੈਨੂੰ ਲੱਗਦਾ ਦਿਮਾਗ 'ਚ ਜੋ ਟੈਨਸ਼ਨਾਂ ਨੇ ਉਹ ਆਪਣੇ ਆਪ ਘੱਟ ਹੋ ਜਾਣਗੀਆਂ, ਔਰ ਅਸੀਂ ਹਰ ਚੀਜ਼ ਨੂੰ ਇੱਕ ਖੇਡ ਦੀ ਤਰ੍ਹਾਂ ਖੇਡਾਂਗੇ। ਫਿਰ ਅੱਜ ਦੇ ਪ੍ਰੋਗਰਾਮ ਜੋ ਵੀ ਸਾਡੇ ਦੇਖ ਰਹੇ ਨੇ, ਉਹ ਮੈਂ ਸਮਝਦੀ ਹਾਂ ਕਿ ਇਹ ਸਾਡੇ ਪ੍ਰੋਗਰਾਮ 'ਚੋਂ ਬਹੁਤ ਸਾਰੀ ਅੱਛੀਆਂ ਚੀਜ਼ਾਂ ਕੱਢਣਗੇ ਔਰ ਆਪਣੀ ਲਾਈਫ 'ਚ ਇੱਕ ਅੱਛਾ ਐਂਟਰਟੇਨਮੈਂਟ ਸਿਸਟਮੈਟਿਕ ਤਰੀਕੇ ਨਾਲ ਲੈ ਕੇ ਆਉਣਗੇ। ਅੱਜ ਦੀ ਪੂਰੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੀਦੀ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਗੱਲ ਕਰ ਰਹੇ ਸੀ ਅਸੀਂ ਅੱਜ ਮਨੋਰੰਜਨ ਬਾਰੇ, ਔਰ ਦੀਦੀ ਨੇ ਦੱਸਿਆ ਕਿ ਜ਼ਿੰਦਗੀ 'ਚ ਮਨੋਰੰਜਨ ਬਹੁਤ ਜ਼ਿਆਦਾ ਜ਼ਰੂਰੀ ਹੈ, ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਨੋਰੰਜਨ ਦੇ ਨਾਮ 'ਤੇ ਅਸੀਂ ਆਪਣੇ ਐਥਿਕਸ ਤਾਂ ਨਹੀਂ ਭੁੱਲ ਰਹੇ ਹਾਂ। ਔਰ ਉਤਾਰ ਚੜਾਵ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਨੇ। ਅਗਰ ਅਸੀਂ ਇਹਨੂੰ ਇੱਕ ਖੇਡ ਦਾ ਮੈਦਾਨ ਸਮਝ ਕੇ ਖੇਡੀਏ ਤਾਂ ਥਕਾਵਟ ਵੀ ਨਹੀਂ ਹੋਏਗੀ, ਔਰ ਹਾਰ ਦਾ ਜੋ ਗਮ ਹੈ ਉਹ ਵੀ ਸਾਡੇ ਅੰਦਰ ਨਹੀਂ ਆਏਗਾ, ਔਰ ਖੁਸ਼ੀ ਜੋ ਹੈ ਉਹ ਵੀ ਬਰਕਰਾਰ ਰਹੇਗੀ। ਫਿਰ ਮਿਲਾਂਗੇ ਅਗਲੀ ਕੜੀ 'ਚ, ਤਦ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994387, ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ।